ਮੈਨੂੰ ਬਾਹਰ ਛੱਡ ਆਇਆ ਕੁੱਤੇ ਦੇ ਪੁੱਤਰਾ। ਤੂੰ ਬਗੈਰਤੀ ਹੈ, ਕੀ ਹੋਇਆ? ਨਹੀਂ ਗੱਲ ਨਹੀਂ ਸਮਝੇ ਲਿਆ ਜੀ। ਅੱਛਾ ਡਿਜ਼ਾਈਨ ਵਿਖਾਓ। ਡਿਜ਼ਾਈਨ ਦੀ ਕਿਹੜੀ ਗੱਲ ਹੈ? ਜਿਹੜੀ ਸਪਲਾਈਮੈਂਟ ਆ ਉਹ ਸਪਲਾਈਮੈਂਟ ਦੇ ਤਰੀਕੇ ਦੀ ਗੱਲ ਕਰ ਬਾਬਾ। ਨਹੀਂ ਵਿਆਹ ਦੀ ਗੱਲ ਕਰਨ ਆਇਆ। ਕਿੰਨੀ ਉਮਰ ਹੋ ਗਈ ਤੇਰੀ? ਨਹੀਂ ਉਮਰ ਤਾਂ ਕੋਈ ਏਡੀ ਨਹੀਂ, ਤੇ ਐਵੇਂ ਧੌਲੇ ਛੋਲੇ ਆ ਗਏ ਆ। ਧੌਲੇ ਛੋਲੇ ਤਾਂ ਕੋਈ ਏਡੀ ਗੱਲ ਨਹੀਂ। ਤੇ ਕਿਹੜੀ ਆਪਣਾ ਕੋਈ ਆ ਗਿਆ? ਆਪਣਾ ਇਹੋ ਹੀ ਆ ਜਾਂ ਹੋਰ ਵੀ ਡਿਜ਼ਾਈਨ ਹੈਗੇ? ਤੁਹਾਨੂੰ ਵਿਖਾਨੇ ਬਦਰਾਂ ਵਾਲੀ ਕੁੜੀ, ਇੱਕ ਬੰਦ ਮੂੰਹ ਵਾਲੀ ਕੁੜੀ ਹੈ, ਕਿਹੜੀ ਵੇਖਣੀ? ਬਦਰਾਂ ਵਾਲੀ ਨਹੀਂ, ਅੰਗੂਠੇ ਵਾਲੀ ਅਗਰ ਹੋਵੇ ਤਾਂ ਠੀਕ ਹੈ। ਇਹ ਛੋਟੇ ਵੱਡੇ ਅੰਗੂਠੇ ਵਾਲੀਆਂ ਸਾਰੀਆਂ ਥੋੜੇ ਦੇ ਥੱਲੇ। ਜਰਕੀ ਬਕਵਾਸ ਸ਼ੁਰੂ ਕਰਤੀ ਆ ਵੀ ਮੈਂ ਰਿਸ਼ਤੇ ਦੀ ਗੱਲ ਕਰਨ ਆਇਆ। ਇਹ ਮੈਨੂੰ ਇਜਾਜ਼ਤ ਹੋਵੇ ਤੇ ਨੇੜੇ ਹੋ ਕੇ ਵੇਖ ਲਵਾਂ। ਕੱਲ ਹੀ ਵੇਖ ਲਵੇ, ਇੱਥੋਂ ਨਜ਼ਰ ਨਹੀਂ ਆਉਂਦੀ। ਨਹੀਂ ਮੈਨੂੰ ਕੋਈ ਆਓ ਨਾ, ਇੱਧਰ ਆਓ ਨਾ, ਅੱਗੇ ਆਓ, ਅੱਗੇ ਆ ਜਾਓ ਬਜ਼ੁਰਗੋ। ਯਾਰ ਆਪਣਾ ਕੀ ਬਣਦਾ, ਇਹਦਾ ਕੀ ਹਿਸਾਬ ਕਿਤਾਬ ਹੈ? ਸਾਨੂੰ ਮਰਿੰਡੇ ਦੀਆਂ ਬੋਤਲਾਂ ਲੈ ਦੇ, ਆਪ ਅੱਗੇ ਨਿਕਲ ਜਾ। ਮਾੜੀ ਗੱਲ, ਪੈਕ ਕਰ ਦਿਓ। ਅੱਗੇ ਪੈਕ ਕਰਕੇ ਤੇ ਖੜੀ ਕੀਤੀ ਹੈ। ਓਏ ਪੈਕ ਆ ਤੇ ਫਿਰ ਪੈਕਿੰਗ ਖੋਲ ਕੇ ਪਾਓ। ਹੈਲੋ ਜੀ, ਹੈਲੋ, ਬਾਕੀ ਕਿਸ਼ਤਾਂ ਕਰ ਲਵੋ। ਅਸੀਂ ਵਿਆਹਣੀ ਹੈ, ਅਸੀਂ ਤੁਹਾਨੂੰ ਇੱਕ ਸਪੈਲ ਲਾਸ ਨਹੀਂ ਦੇਣੀ ਕੁੜੀ। ਕੌਣ ਕਹਿੰਦਾ ਮਰਦ ਪੂਰਾ ਹੋ ਜਾਂਦਾ? ਨਹੀਂ ਹੁੰਦਾ, ਉਹਨੂੰ ਸਾਰਾ ਪਤਾ ਹੈ। ਤੈਨੂੰ ਮੈਂ ਆਖਿਆ ਸੀਗਾ ਵੀ ਸ਼ਹਿਰ ਨੂੰ ਚੱਲਿਆ, ਇੱਥੇ ਆਪ ਕਰੀ, ਉੱਥੇ ਬੜਾ ਬੜਾ ਬਗੈਰਤ ਫਿਰਨ ਡਿਆ ਹੁੰਦਾ। ਮੇਰੇ ਵੱਲ ਕਿਉਂ ਗੱਲ ਕਰਨ ਡਿਆ ਬਾਬਾ? ਛੁਰੀ ਫਾੜਿਆ, ਫੇਰ ਕੇ ਠੰਡਾ ਕਰੀਏ ਥੋੜਾ ਜਿਹਾ। ਮੈਂ ਤੈਨੂੰ ਆਖਿਆ ਸੀ ਭੱਲੂ, ਤੂੰ ਸਮਝਦਾ ਵੀ ਤੂੰ ਹੀ ਆ ਇੱਥੇ ਬੜਾ ਬੜਾ ਲਾਂਤੀ ਫਿਰਨ ਲਿਆ। ਤਮੀਜ਼ ਕਰ ਬਾਬਾ, ਲਟਕੀ ਜਿਹੜੀ ਆ ਉਹ ਜਿੱਦਾਂ ਦੀ ਮਰਜ਼ੀ ਹੋਵੇ, ਬਸ ਇੱਕ ਤਕਾਜ਼ਾ ਮੇਰਾ ਭਈ ਉਹਦਾ ਭਰਾ ਨਹੀਂ ਹੋਣਾ ਚਾਹੀਦਾ। ਸਹੀ, ਉਹਦੀ ਵਜ੍ਹਾ ਨਾ ਜੀ, ਲਟਕੀਆਂ ਜਾ ਕੇ ਕਰਦੀਆਂ ਸ਼ਿਕਾਇਤ ਭਰਾਵਾਂ ਨੂੰ, ਫਿਰ ਭਰਾ ਜਿਹੜੇ ਬਗੈਰਤਾ ਉਹ ਝਗੜਾ ਕਰਦੇ ਆ ਕੇ। ਅੱਲਾ ਜਾਣਦਾ ਮੈਂ ਤੇਰੇ ਡਰ ਤੋਂ
ਕੀਤਾ ਤੇ ਤੂੰ ਲਾਗੇ ਖਲੋ ਗਿਆ। ਮੇਰਾ ਕਹਦਾ ਡਰ ਮੇਰੇ ਕੋ ਪੜਨਾ ਤੂੰ? ਉਹ ਨਹੀਂ, ਮੈਂ ਆਖਿਆ ਵੀ ਬਾਰ ਬਾਰ ਤੇਰੇ ਇਸ਼ਾਰਾ ਹੁੰਦਾ ਕੋਈ ਹਜਾਈ ਨਹੀਂ ਆਂਦੀ। ਜਿਵੇਂ ਤੂੰ ਕਿਉਂ ਹੱਥ ਲਿਆਂਦਾ ਇਧਰ ਆ ਜਾ ਯਾਰ, ਮੈਂ ਖਾਲੀ ਜਗ੍ਹਾ ਤੇ ਟੱਕਰ ਮਾਰ ਦੇਣੀ ਹੁਣ। ਯਾਰ ਮੈਂ ਤਾਂ ਕੋਈ ਗੱਲ ਹੀ ਨਹੀਂ ਕੀਤੀ ਕਾਕਾ, ਕਮਾਲ ਕਰਤੇ ਯਾਰ। ਤੁਸੀਂ ਗੱਲ ਕਰੋ ਜੀ, ਤੁਸੀਂ ਗੱਲ ਕਰੋ। ਅੱਛਾ ਇਹ ਬਤਾਏ ਕਿ ਭਾਈ ਕਿਉਂ ਨਹੀਂ ਹੋਣਾ ਚਾਹੀਏ? ਹਾਂਜੀ ਭਾਈ ਕਿਉਂ ਨਹੀਂ ਹੋਣਾ ਚਾਹੀਏ? ਇਹ ਬੜਾ ਖੂਬਸੂਰਤ ਸਵਾਲ ਕੀਤਾ। ਤੂੰ ਕੀ ਪੀਟੀਵੀ 2 ਤੇ ਆਇਆ? ਯਾਰ ਮੈਂ ਉਹਨੂੰ ਦੱਸਣ ਡਿਆ, ਉਹਨੇ ਖੂਬਸੂਰਤ ਸਵਾਲ ਕੀਤਾ ਕਿ ਭਰਾ ਕਿਉਂ ਨਹੀਂ ਹੋਣਾ ਚਾਹੀਦਾ। ਮੇਰੀ ਛਾਤੀ ਹੋਈ ਪਿੰਡ ਦੇ ਵਿੱਚ। ਅੱਛਾ, ਛਾਤੀ ਦੀ ਸਾਡੀ ਬੈਟਿੰਗ ਨੈਟ ਹੋਵੇ ਤਾਂ ਮੈਂ ਆਪਣਾ ਹੁਜਲਾ ਰੂਸੀ ਜਿਹੜਾ ਉਹਦੇ ਵਿੱਚ ਜਾਣ ਲੱਗਾ ਤੇ ਮੈਂ ਵੇਖਿਆ ਭਾਈ ਸਾਲਾ ਮੇਰਾ ਕੁੜੀ ਦਾ ਭਰਾ ਲਾਂਤੀ ਲੁੱਕ ਲੁੱਕ ਕੇ ਵੇਖਣ ਡਿਆ। ਮੈਂ ਕਿਹਾ ਵੀ ਨਿਕਲ ਬਾਹਰ ਬਗੈਰਤਾ। ਬਸ ਯਾਰ ਵੱਖਰਾ ਹੀ ਨਿਲਾਮ ਕਰ ਚੁੱਕਾ ਅਰਜ ਤਣਾਇਆ। ਇਹ ਬੜਾ ਖੂਬਸੂਰਤ ਸਵਾਲ ਕੀਤਾ ਯਾਰ। ਹੁਣ ਤੈਨੂੰ ਇਸ ਗੱਲ ਤੇ ਵੀ ਇਤਰਾਜ ਹੈ ਕਾਕਾ ਵੀ ਜੇ ਇਹ ਕਹੀਏ ਖੂਬਸੂਰਤ ਸਵਾਲ ਕੀਤਾ ਉਹ ਤੈਨੂੰ ਗੁੱਸਾ ਚੜਦਾ, ਉਹ ਤੈਨੂੰ ਬਗੈਰਤ ਕਹੀਏ ਤੈਨੂੰ ਗੁੱਸਾ ਚੜਦਾ? ਨਹੀਂ ਤੂੰ ਮੈਨੂੰ ਬਗੈਰਤ ਕਹੇ ਮੈਂ ਤੈਨੂੰ ਚਮਨ ਤੇ ਲੈ ਜਾਂਦਾ। ਚੌਧਰੀ ਦਾ ਸਾਲਾ ਹੀ ਦੋ ਭੈਣਾਂ ਮਰੀਆਂ, ਤੀਸਰੀ ਫੇਰ ਇਹਨੇ ਦਿੱਤੀ। ਮੈਨੂੰ ਦੱਸਿਆ ਤੂੰ ਆਰਾਮ ਨਾਲ ਮੁੜਿਆ ਬਹੁਤ ਕਰ। ਲੇਕਿਨ ਇੱਕ ਸ਼ਰਤ ਆ ਭਈ ਦੁਬਲੀ ਹੋਵੇ ਭਾਵੇਂ ਹਲਕੀ ਜੀ ਮੋਟੀ ਹੋ ਜਾਵੇ, ਔਰ ਮੇਰੇ ਵਿਆਹ ਵਾਲੇ ਦਿਨ ਮੈਥੋਂ ਸਾਰੇ ਦੂਰ ਦੂਰ ਰਹਿਣ, ਕੋਈ ਬਗੈਰਤ ਮੇਰੇ ਨਾਲ ਨਾ ਖਲੋ। ਕਾਕਾ ਇਹ ਤੂੰ ਸਵਾਲ ਤਾਂ ਖੂਬਸੂਰਤ ਕੀਤਾ, ਲੇਕਿਨ ਇਹਦਾ ਜਵਾਬ ਇਸ ਲਈ ਤੁਸੀਂ ਨਾ ਦਿਓ ਜੀ, ਤੁਸੀਂ ਨਾ ਦਿਓ, ਤੁਹਾਡਾ ਸਾਲਾ ਜਵਾਬ ਦੇ ਦੇਵੇ। ਸਾਲੇ ਨੇ ਕੀ ਟੇਕੇ ਨੇ ਜਵਾਬ ਦੇਣਾ?
ਇਹ ਤਾਂ ਮੇਰੇ ਤੇ ਇਲਜ਼ਾਮ ਲਗਾ ਦਿੱਤਾ ਭਈ ਮੇਰੀ ਜਨਾਨੀ ਜਿਹੜੀ ਪਹਿਲੀ ਆਉਂਦਾ ਹੀ ਇਹਨੇ ਮੁੰਡੇ ਨਾਲ ਦੌੜ ਗਈ ਆ ਦੌੜੀ ਕਦੋਂ ਆ ਰਾਮ ਰਾਮ ਨਾਲ ਗਈ ਸੀਗੀ ਗਾਂਧੀ ਦੇ ਜਲਸੇ ਚਿੱਟਾ ਮਾਰੀਆਂ ਸਨ ਤੁਹਾਨੂੰ ਨੀ ਪਤਾ ਅਮਾਨ ਨਾਲ ਬੜੀ ਪੁਰਾਣੀ ਜੇ ਏਡੀ ਪੁਰਾਣੀ ਲੱਗਦੀ ਤਾਂ ਨਹੀਂ ਯਾਰ ਕਾਇਮ ਹੀ ਲੱਗਣ ਡਈ ਇਹ ਇੰਨੇ ਨੀ ਕਰੇਗੀ ਨਾ ਤੇ ਇਹ ਚੁਪਟੀਨਾ ਡਿੱਗਣਗੀਆਂ ਤੁਹਾਨੂੰ ਨੀ ਪਤਾ ਹਾਂਜੀ ਤੁਸੀਂ ਇਸ ਤਰ੍ਹਾਂ ਕਰੋ 2000 ਰੁਪਏ ਸਾਡੇ ਦਫ਼ਤਰ ਦੀ ਫੀਸ ਦਿਓ ਅੱਛਾ ਤੁਹਾਡਾ ਅਸੀਂ ਰਿਸ਼ਤਾ ਕਰਾ ਦਿੰਦੇ ਹਾਂ ਚਲੋ ਇਹ ਗੱਲ ਮੁੱਕ ਗਈ ਆ ਭੱਲੂ ਦੇ 2000 ਇਹਨੂੰ ਦੇਣਾ ਇਹਦਾ ਨਾਮ ਭੱਲੂ ਰੱਖਿਆ ਹਾਂਜੀ ਭੱਲੂ ਪੂਰੀ ਭੱਲਿਆਂ ਦੀ ਰੇੜੀ ਓਏ ਸਾਰੇ ਪੈਸੇ ਨਾ ਦੇ ਦੇਵੀਂ ਕਿਉਂ ਜੀ ਅਜੇ ਹੀਰਾ ਮੰਡੀ ਜਾ ਕੇ ਮੁਜਰਾ ਵੀ ਸੁਣਨਾ ਤੇ ਤੁਹਾਡੇ ਕੋਲ ਉੱਥੇ ਕਿੰਨੇ ਪੈਸੇ ਲੈਣੇ ਨੇ ਕਿਉਂ ਪੈਸੇ ਕਿਉਂ ਨਹੀਂ ਲੈਣੇ ਆ ਤੁਹਾਡੇ ਨਾਲ ਜਿਵੇਂ ਬਿਲਕੁਲ ਓਏ ਆ ਜਿਹੜੇ ਹੀਰਾ ਮੰਡੀ ਦੇ ਪਛਿੰਦੇ ਆ ਨਾ ਬੜੇ ਬਦ ਲਿਹਾਜ ਹੁੰਦੇ ਆ ਉਹ ਤੇ ਬਗੈਰ ਤੇ ਐਡਵਾਂਸ ਪੈਸੇ ਫੜ ਲੈਂਦੇ ਆ ਕਿਹੜੀ ਮਨੂਸ ਘੜੀ ਸੀ ਜਦੋਂ ਮੈਂ ਇੱਥੇ ਲੱਗਾ ਪੈਸੇ ਚੁੱਕ ਵੇਲਾ ਫਿਰਾਂਗਾ ਇਧਰਾ ਪੈਸੇ ਚੁੱਕ ਨਹੀਂ ਤੁਹਾਡੀ ਮੰਡੀ ਆਪ ਚੁੱਕੋ ਜਿੰਮੀ ਕੀ ਬਤਮੀਜ਼ੀ ਕਰਨ ਆਈ ਆ ਤੂੰ ਪੜ੍ਹ ਲੈ ਜਾ ਰੇ ਅਸੀਂ ਫਿਰ ਹੁਣ ਜਿਵੇਂ ਰਾਤ ਨੂੰ ਹਾਜ਼ਰ ਹੋਈਏ ਕਦੀ ਨਾ ਆਈ ਪੈਸੇ ਦੇ ਤੇ ਨਾ ਅਸੀਂ ਰਿਸ਼ਤਾ ਲੈ ਕੇ ਤੇਰੇ ਘਰ ਪਹੁੰਚ ਜਾਵਾਂਗੇ ਚਲੋ ਇਦਾਂ ਤਾਂ ਮੇਰੇ ਵਿੱਚ ਕੋਈ ਚੰਗੀ ਗੱਲ ਆ ਜੁਮੇਰਾਤ ਨੂੰ ਆਸਾ ਚਲੋ ਜੁਮੇਰਾਤ ਨੂੰ ਫਿਰ ਹਾਜ਼ਰ ਹੋਵਾਂਗੇ ਜੀ ਹਾਂਜੀ ਹਾਂਜੀ ਅੱਛਾ ਓਕੇ ਸਰ ਹਾਂਜੀ ਤਾਫੇਸ ਇਹ ਬੜਾ ਖੂਬਸੂਰਤ ਸਵਾਲ ਓਏ ਇਹ ਚੱਲ ਗਿਆ ਇਹ ਚੱਲ ਗਿਆ ਸਲਾਮ ਦੁਆ ਵੀ ਖੂਬਸੂਰਤ ਸਵਾਲ 2000 ਰੁਪਇਆ ਸ਼ੁਕਰ ਕਰਾਂ ਯਾਰ 2000 ਰੁਪਇਆ ਆ ਗਿਆ ਦਿਖਾ ਯਾਰ ਦਿਖਾ ਆ ਦਿਖਾ 2000 ਵੀ ਇਸ ਤਰ੍ਹਾਂ ਨਹੀਂ ਫੜਾ ਓਏ ਹਾਏ ਹਾਏ ਕਿੰਨੇ ਦਿਨਾਂ ਬਾਅਦ ਆਈ ਬਾਬਾ ਜੀ ਨੂੰ ਕੋਲੋਂ ਵੇਖਣਾ ਮਾਸ਼ਾਅੱਲਾ ਕਿੰਨਾ ਰੂਪ ਹੈ ਬਾਬਾ ਜੀ ਤੇ ਕਿਆ ਬਾਤ ਮੈਂ ਚਲੋ 2000 ਤੇ ਸਰ ਮੈਨੂੰ ਲੱਗਦਾ ਹੈ ਇਨਕੋ ਕਿਸੇ ਅੱਛੀ ਜਗ੍ਹਾ ਖਰਚ ਕਰੇ ਕਿਸੇ ਚੰਗੀ ਜਗ੍ਹਾ ਖਰਚ ਨਹੀਂ ਦੇ ਤੇ ਬਾਬੇ ਤੇ ਖਰਚ ਦਿਓ ਬਾਬਾ ਹੁਣ ਕੀ ਤੁਹਾਡੀਆਂ ਕੁੱਲੀਆਂ ਪੱਕੀਆਂ ਕਰਾ ਦਈਏ ਕੀ ਕਰੀਏ ਸਰ ਮੇਰਾ ਮਤਲਬ ਹੈ ਬੜੀ ਭੂਖ ਲੱਗੀ ਵੀ ਹੈ ਹਾਂ ਪੀਸੀ 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 ਆ ਸਾਈਆ ਓਏ ਭਾਈ ਕਿਹੜਾ 2000 ਚ ਪੀਸੀ ਇੰਨੇ ਬੰਦੇ 2000 ਚ ਪੀਸੀ ਜਾਣਗੇ ਕਾਲੇ ਦੇ ਹੋਟਲ ਨਹੀਂ ਜਾ ਸਕਦੇ ਤੁਸੀਂ ਫੇਰ ਕਿਤੇ ਚਲੀਏ ਆ ਭਾਜੀ 2000 ਦਾ ਹੋਰ ਇੰਤਜ਼ਾਮ ਕਰੋ ਯਾਨੀ ਕਿ ਇੱਕ ਕਸਟਮਰ ਦਾ ਹੋਰ ਬੰਦੋਬਸਤ ਚੱਕਰ ਮੇਰਾ ਖਿਆਲ ਆ ਗਿਆ ਕੋਈ ਚੱਕਰ ਮੇਰੇ ਦੋਸਤ ਆਉਣ ਆ ਗਿਆ ਕੌਣ ਹੈ ਇੰਗਲੈਂਡ ਤੋਂ ਆਇਆ ਬਸ ਨਹੀਂ ਕਹਾਂਗੇ ਤੂੰ ਇੰਗਲੈਂਡ ਤੋਂ ਆਇਆ ਓਕੇ ਅੱਛਾ ਤੂੰ ਅੰਗਰੇਜ਼ੀ ਵੀ ਬੋਲਣੀ ਤਿਆਰੀ ਫੜ ਲੈ ਤਿਆਰੀ ਫੜ ਲੈ ਆ ਜਾਈਏ ਛੁੱਟੀ ਕਰਾਣੀ ਹੈ ਕਹਿੰਦਾ ਮਰਦ ਤੰਗ ਕਰਦਾ ਹੈ
ਕੌਣ ਕਹਿੰਦਾ ਮੱਲੇਦਾਰ ਨਾਲ ਇਸ਼ਕ ਚੱਲਦਾ ਏ? ਕੌਣ ਕਹਿੰਦਾ ਦੁਕਾਨਦਾਰ ਲਵ ਲੈਟਰ ਲਿਖਦਾ ਏ? ਤੇਰੀ ਮਾਂ ਦਾ ਖਸਮ ਕਹਿੰਦਾ ਏ? मैडम आपकी कुशल पुर गई जी। बात दरअसल ये फरमाइए, मुझे ऐसा खूबरू हसीनो जमील रिश्ता चाहिए जो देखने में तो खुदार और चार्मिंग हो। मैं खुदार हूँ लेकिन सिर्फ मेरे हुस्न की तारीफ करना जानता हो। तू हुस्न की देवी है, तू एदा चौधरी पर मार रहे, एदा चौरी जमीन है और रहेगा भी घर दामाद बनकर। क्या आप लोगों के पास ऐसा कोई रिश्ता है? और रिश्ता है, आप गौर नहीं कर रहे, रिश्ता तो आपके सामने बैठा है। कॉर्नर का रिश्ता ये देखिए ना, अभी कॉर्नर का रिश्ता, रंग पक्का, बुर नहीं आती, 10 रुपए मीटर, कोई रफड़ नहीं, असली फाइल। ये इंग्लैंड से है अभी अभी। हां एक बच्चा लंदन तो है, एक एदा यार लंदन मैकडॉनल्ड च लगे सन, एक दिन लगे सन उतो किसी ने देख लिया। असल चौथे वेखदा जे हराम गोश्त, हराम गोश्त वेखदा ते हलाल करके वेचण दे, असि मालक ने वेख के कट दिता जी। मुझे इतना हैंडसम शौहर नहीं चाहिए। शुक्रिया हैंडसम कहने का, आगे जाइए। मुझे तो ऐसे शौहर चाहिए जो मेरी हाँ में हाँ मिलाए। हाँ हाँ ले, जिसे मैं जहाँ बिठा कर जाऊँ वो सुबह से शाम वहीं बैठा रहे। क्या कुत्ते ने हिलना है थोड़ी? लेकिन वो हो जरा खूबसूरत सा। मुझे क्या कह रही हो, मैं तो लड़की हूँ। वो तो लड़की हो लो, मेरे पता ही नहीं लग रहा यार। मैं तेरे ने नहर देना हटा प्रोग्राम बना दिया था। वो तो लड़की है, मैं शाद फरीदी समझदा रहा। मैं तो तेन दादा नहीं दी, मैं तू तो बड़ा काम चुके रखे। प्लीज गिव मी। क्या जी, मेरे बाहर आने जाने पर उसे कोई इतराज नहीं होना चाहिए, बच्चों को वो खुद संभाले। इस कुत्ते का मां से तो मैं ही लपा। देखिए बाहर के सारे काम मैं खुद निपटा लूंगी लेकिन घर की सफाई वो खुद करे। सफाइयां वाला, बहुत सफाई वाला निकल आया आज। मैं सफाई करने वाला लगता है? मैं सफाई करके आऊंगा आज। परे परे हो, कितने सफाई कितने चला सफाई करांगा। तू ना करी, इसको ना कराना सफाई, लीडा तक चोरी कर लेंदा जे बंदा। यार मैं अगर तुसी चाहंदे हो कि ਤੁਹਾਡੇ ਘਰ ਦੀ ਸਫਾਈ ਹੋਵੇ, ਰੱਖ ਇੱਥੇ 1000 ਰੁਪਇਆ, ਬਾਬਾ ਆਪ ਕਰਕੇ ਆਏਗਾ। बाबा गटरों गटरी जाएगा ते गटरों गटरी आएगा। गटरों कट बाबा गटरों गटरी जाएगा, गटर च बाबे दी केबल लगी है। बाबा गुस्सा ना कर, तू केड़ा मुमर राणा है, बैठ जा थल्ले बैठ जा जी। अलबत्ता उसकी मदद के लिए मैं एक बूढ़ी सी नौकरानी रखूंगी। ओके आप सीधी तरह बताएं, आपको शौहर नहीं चाहिए, आपको सिर्फ एक आइडेंटिटी चाहिए। मैं सीधी तरह कहो, तानू खाव नहीं चाहिए, तानू एक रक्षे वाला चाहिए जेड़ा छाड़ आवे ते लै रजाक टाइप जी। नहीं आप बिल्कुल ठीक समझे, इसलिए ये लीजिए 200 रुपए आपका इनाम। 200 मिल गया, क्या बताऊं यार मेरा क्या 1800 नहीं हो रहे आजकल, जाली पैसे चल पर ठीक नहीं। जाली पैसे तू तो पाकिस्तान मिंट से जमे आ। ओ बच्ची बाबा इथे दही बेचन नहीं बैठा, बापे दा नजराना भी रख। केड़ा दही बेचेगा साल्या, तेरे हथों लेना के नहीं। अब आप मुझे ये बताएं, क्या आप मुझे मेरा आइडियल दिलवा सकते हैं? नहीं दिलवा सकते, आप जिस तरह हमें पैसे दे रही हैं, आपका आइडियल तो क्या, हम खुद कुत्ते कुत्ती हो जाएंगे। जिमी मुझे तो लगता है इनका आइडियल इसी ऑफिस में है। लगता मुझे भी ऐसे ही है। देखिए जी पैसा मेरे लिए कोई प्रॉब्लम नहीं है। वो तो लग रहा है आपकी रजिस्ट्रेशन फीस जितनी भी हो उससे मुझे कोई सरोकार नहीं। हाँ बता, मैं इतना जरूर जानती हूँ इस वक्त आप लोगों को 1800 रुपए की अच्छा जरूरत है जी। जिन्हें पैसे सानू ऐसे ले चाहिए ने, किसे नहीं चाहिए। सही ए दिसक की खाला इछरे थाने फड़ी गई, ओदी समान तक रहा इंडिया का साग बेचती सी। मेरी खाला फस गई है, मेरी खाला फस गई है, रख के 1000 रुपया नजूमिया मां दी जमानत क्यों नहीं करांदा? ये मेरी खाला दा मुंडा है। लेकिन मैं आपको पूरे 2000 रुपए दूंगी। या अल्लाह खैर ला दे गई है। प्लीज आहिस्ता आहिस्ता पैसे बताओ, कोई भी साडे जो खानदानी नहीं ਜਿਹੜਾ ਇਹੋ ਜਿਹੀ ਖੁਸ਼ੀ ਬਰਦਾਸ਼ਤ ਕਰ ਰਹੇ। ਅਬ ਆ ਮੁਝੇ ਇਹ ਬਤਾਏ ਕਿ ਆਪ ਅਗਲੀ ਜਮਰਾਤ ਤੇ ਮੇਰਾ ਆਈਡੀ ਮੁਝੇ ਦਿਵਾਵੇਂਗੇ? ਜਿਸ ਤਰ੍ਹਾਂ ਤੁਸੀਂ ਪੈਸੇ ਦੇ ਰਹੇ ਹੋ ਅਗਲੀ ਜਮਰਾਤ ਤੇ ਕੀ ਇੱਥੋਂ ਹੁਣੇ ਕੱਢ ਦੇਣਾ ਸੀ? ਠੀਕ ਹੈ ਫਿਰ ਮੈਂ ਆਪਕੋ 5000 ਰੁਪਏ ਹੋਰ ਵੀ ਦੂੰਗੀ। ਓਏ ਨੂੰ ਫਾੜੋ ਇਹ ਪੱਟੀ, ਓਏ ਉਹ ਪੱਟੀ ਤੇ ਮਾਰੇਗੀ ਸਾਨੂੰ ਵੀ। ਲੇਕਿਨ ਇੱਕ ਬਾਤ ਦਾ ਖਿਆਲ ਰੱਖਿਏਗਾ। ਕੌਣ ਸੀ ਕਾ? ਅਗਰ ਆਪ ਲੋਗੋ ਨੇ ਮੁਝੇ ਚੀਟ ਕਰਨ ਦੀ ਕੋਸ਼ਿਸ਼ ਕੀ ਤੋ ਮੇਰੇ ਤਾਲੁਕਾਤ ਕਾਫੀ ਉੱਚੇ ਪੈਮਾਨੇ ਪਰ ਹੈ। ਲਾਈਟੋ ਵਾਲੇ ਕੇ ਸਾਥ ਤੋ ਨਹੀਂ ਫਸੀ ਹੋਈ?
खलत ना खबरदार अगर लड़की फसाई तो लेकिन मेरा आइडिया थोड़ा पेंडू होना चाहिए पेंडू लेकिन हो जरा स्मार्ट सा स्मार्ट सा जी अपना पेंडू तो है स्मार्ट भी है खूबसूरत भी है जवान भी है बस आप इनके साथ बात कर ले इनके साथ आपके मेयर के ऊपर पूरा उतरे ठीक है मेयर पे पूरा ना उतरे ना उतरे ये घर उतर आता है कौन वैसे जी भी हां जी इन्हें थोड़ा टाइम देना चाहिए शायद इन्हें दिन मुलाकात कोई सूरमा साहब दो की कर की कर कुछ नहीं होता आए जी आए घबराना नहीं बाबा इतने ही बैठा है केड़ा बाबा है खोते दे पुत्रा चंगे भले पैसे कमाना जूती फेस 17 रुपए की लगती है नहीं बाबा इतने तक ही बाबे एक बीवी का सवाल है सने डबल बेड बाबा गल तो सुन पहली बारी इस काम च पैण लगा शर्माए मत इधर आए देख लो जी मैं ते अनजान जे मैनू तुसी दसना जे ते किवें गुफ्तगू करनी तुहाडा जी मैं कह रही थी मेरा आइडिया थोड़ा पेंडू सा होना चाहिए ते पेंडू क्यों चाहिए तुम्हें शहर वाले को क्या हो गया अच्छा शहर वाले में साह चढ़ जाता ना चाली खुराक दाल टेके सिगरेट टेंशन पेंडू जरा तगड़े होंगे ने हला लाला है ठीक है पेंडू घर के काम काज अच्छी तरह से कर लेते हैं हाँ जी वो तो फसिया गड्ढा कर लेंगे जी पेंडू तो तगड़े ही है राखा इतने बहाते इतने हो गया वैसे आपस की बात है हाँ जी आप भी काफी स्मार्ट है तुसी भी काफी स्मार्ट हो मैं नाम ही कहूंगा तो है वो तुसी थैंक यू जी जी है मुझे लगता है हाँ जी मुझे लगता है केड़ा जिला लगता है मुझे लगता है वो लगता तो सानू भी लग रही दसी दा नहीं किसे मुझे लगता है कि मुझे आपसे प्यार हो गया अगर मैं गलती पे रहूं तो मुझे भी लगता है मुझे भी आपसे प्यार हो गया हेलो अपनी कुकड़ी हेलो ओ जूती तो पायो अपनी आपा जी